ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੀ ਸ੍ਰੋਤਨ ਜੀ ਆ ਲੋਕਾਂ ਨੂੰ ਲੱਗਾ ਵੱਡਾ ਝਟਕਾ ਜੀ ਹਾਂ ਮੋਦੀ ਸਰਕਾਰ ਦੇਣ ਜਾ ਰਹੀ ਹੈ ਹੁਣ ਇਹਨਾਂ ਜਿੱਜਤੇ ਵੀ ਲੱਗੇਗੀ ਜੀਐਸਟੀ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜeneene ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਰੂਸ ਯੂਕਰੇਨ ਯੁੱਧ ਖਤਮ ਹੋਣ ਤੋਂ ਬਾਅਦ ਬੇਲਗਾਂ ਮਹਿੰਗਾਈ ਤੋਂ ਰਾਹਤ ਨਹੀਂ ਮਿਲ ਸਕਦੀ ਹੈ ਤਾਂ ਜ਼ਰਾ ਇੰਤਜ਼ਾਰ ਕਰੋ ਅਜੇ ਹਾਲੇ ਪੂਰੀ ਤਰ੍ਹਾਂ ਸੰਭਵ ਨਹੀਂ ਜਾਪਦਾ ਕਿਉਂਕਿ ਮੋਦੀ ਸਰਕਾਰ ਕਈ ਵਸਤੂਆਂ ਤੇ GST ਦੇ ਅੰਦਰ ਆ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਇਹਨਾਂ ਤੋਂ ਪਾਦਾਂ ਵਿੱਚ ਗੂੜ ਪਾਪੜ, ਕਸਟਰਡ ਚਾਕਲੇਟ ਵਰਗੇ ਭੋਜਨ ਉਤਪਾਦ ਵੀ ਸ਼ਾਮਲ ਨੇ। ਜੀ ਹਾਂ। GST ਕੌਂਸਲ ਨੇ 143 ਵਸਤੂਆਂ ਦੇ GST ਦਰਵ ਵਧਾਉਣ ਲਈ ਰਾਜਾਂ ਤੋਂ ਵਿਚਾਰ ਮੰਗੇ ਹਨ। ਇੰਡੀਅਨ ਐਕਸਪ੍ਰੈਸ ਨੇ ਸੂਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਇਹਨਾਂ ਵਿੱਚੋਂ 92% ਵਸਤੂਆਂ ਨੂੰ 18% ਦੀ ਬਜਾਏ 28% ਦੇ ਟੈਕਸ ਦੇ ਵਿੱਚ ਸਲੈਬ ਚ ਰੱਖਿਆ ਜਾਵੇ ਇਹ ਚੀਜ਼ਾਂ ਹੋ ਸਕਦੀਆਂ ਨੇ ਮੰਗੀਆ ਰਿਪੋਰਟ ਮੁਤਾਬਿਕ ਜਿੰਨਾਂ ਵਸਤੂਆਂ ਦੀ ਜੀਐਸਟੀ ਦਰ ਆਬਸਤ ਕਰਦੇ ਨੇ ਉਹਨਾਂ ਚ ਚੂਕੂੜ ਪਾਪੜ ਚਾਕਲੇਟ ਕਸਟਰਡ ਪਾਊਡਰ ਚੂਇੰਗਮ ਅਕਰੋਡ ਵਰਗੀਆਂ ਖਾਨਪੀਣ ਵਾਲੀਆਂ ਚੀਜ਼ਾਂ ਸ਼ਾਮਲ ਨੇ ਇਨਾਂ ਵਿੱਚ ਕੜੀਆਂ ਸੂਟਕੇਸ ਪਰਫਿਊਮ ਡਿਟਰਜੈਂਟਸ ਹੈਂਡਬੋਲ ਪਾਵਰ ਬੈਂਕ ਰੰਗीन ਟੀਵੀ ਸਿਰਮਿਕ ਸਿੰਕ ਵਾਸ਼ਬਿਸ਼ਨ ਐਂਡ ਕਾਦੀ ਫਰੇਮ ਚਸ਼ਮੇ ਨਾਨ ਅਲਕੋਹਲਿਕ ਪੀਣ ਵਾਲੇ ਪਦਾਰਥ ਸਕਿਨ ਦੀਆਂ ਚੀਜ਼ਾਂ ਤੇ ਕੱਪੜੇ ਸ਼ਾਮਲ ਨੇ ਖਾਣ ਲਾਸਟ